ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਮਨਦੀਪ ਕੌਰ ਮਾਜਰ ਜੀ, ਤੁਹਾਡੀ ਬੀ ਏ ਥਰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ ਬੀ ਏ ਥਰਡ ਈਅਰ ਦੀ ਸਾਡੀ ਇਹ ਚੱਲ ਰਹੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਤੁਹਾਡੇ ਨਵੇਂ ਦੇ ਸੱਦੇ ਕਾਵਿ ਸੰਗ੍ਰਹਿ। ਨਵੇਂ ਦੇ ਸੱਦੇ ਕਾਵਿ ਸੰਗ੍ਰਹਿ ਦੇ ਵਿੱਚ ਅਸੀਂ ਜਿਹੜਾ ਤੁਹਾਡਾ ਕਵੀ ਸ਼ੁਰੂ ਕੀਤਾ ਹੋਇਆ ਉਹ ਹੈ ਜੀ ਧਨੀ ਰਾਮ ਚਾਤ੍ਰਿਕ। ਧਨੀ ਰਾਮ ਚਾਤ੍ਰਿਕ ਜੀ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਜਿਨ੍ਹਾਂ ਦੇ ਵਿੱਚੋਂ ਚਾਨਣ ਜੀ, ਸੌਣ, ਵਿਸਾਖੀ ਦਾ ਮੇਲਾ, ਪੰਜਾਬੀ ਦਾ ਸੁਪਨਾ, ਦਿੱਲੀ ਵਲਵਲੇ, ਇਹ ਜਿਹੜੀਆਂ ਅਸੀਂ ਤੁਹਾਡੀਆਂ ਪਿਛਲੀਆਂ ਕਲਾਸਾਂ ਦੇ ਵਿੱਚ ਕਰ ਚੁੱਕੇ ਹਾਂ। ਸਾਡੀ ਜਿਹੜੀ ਪਿਛਲੀ ਕਲਾਸ ਸੀ ਉਹਦੇ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਜੀ ਦੀ ਰਚਨਾ ਜਿਹੜੀ ਕੀਤੀ ਸੀ ਉਹ ਸੀਗੀ ਜੀ ਦਿੱਲੀ ਵਲਵਲੇ, ਜਿਹਦੇ ਵਿੱਚ ਜਿਹੜਾ ਕਵੀ ਹੈ ਉਸ ਨੇ ਕਵਿਤਾ ਦੇ ਸੰਬੰਧ ਦੇ ਵਿੱਚ ਆਪਣੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਸੀ। ਸੋ ਇਹ ਜਿਹੜੀ ਕਵਿਤਾ ਸੀ ਦਿੱਲੀ ਵਲਵਲੇ, ਇਸ ਦੇ ਵਿੱਚ ਜਿਹੜਾ ਕਵੀ ਹੈ ਉਸਨੇ ਗੱਲ ਕੀਤੀ ਸੀ ਕਿ ਜਿਹੜਾ ਸਮਾਂ ਹੈ ਉਸ ਸਮੇਂ ਦੇ ਅਨੁਸਾਰ ਜਿਹੜਾ ਕਵੀ ਹੈ ਉਸਦਾ ਜਿਹੜਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਬਤੀਤ ਹੁੰਦਾ ਹੈ ਅਤੇ ਕਵਿਤਾ ਦੇ ਨਾਲ ਉਸਦਾ ਜਿਹੜਾ ਸੰਬੰਧ ਸੀ ਉਹ ਕਿਹੋ ਜਿਹਾ ਸੀ। ਸੋ ਜਿਹੜਾ ਕਵੀ ਹੈ ਉਹ ਦੱਸਦਾ ਹੈ ਕਿ ਉਹ ਇਸ ਦੁਨੀਆਂ ਦੇ ਵਿੱਚ ਸਿਰਫ ਚਾਰ ਦਿਹਾੜੇ ਜਿਉਣ ਦੇ ਲਈ ਆਇਆ ਹੈ ਅਤੇ ਇਸ ਜੀਵਨ ਦੇ ਵਿੱਚ ਉਹ ਚਾਹੁੰਦਾ ਹੈ ਕਿ ਉਹ ਚੰਗੇ ਲੋਕਾਂ ਦੇ ਨਾਲ ਬੈਠੇ ਉੱਠੇ, ਉਹਨਾਂ ਤੋਂ ਚੰਗੇ ਵਿਚਾਰ ਸੁਣੇ। ਸੋ ਅਤੇ ਜਿਹੜਾ ਉਹਨਾਂ ਦੇ ਚੰਗੇ ਵਿਚਾਰਾਂ ਦੇ ਨਾਲ ਉਹ ਜਿਹੜਾ ਹੈ ਇਨਸਾਨ ਬਣਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕਰਨਾ ਚਾਹੁੰਦਾ ਸੀ। ਸੋ ਕਹਿੰਦੇ ਉਹ ਹਮੇਸ਼ਾ ਹੀ ਇਨਸਾਨੀਅਤ ਦਾ ਜਿਹੜਾ ਹਾਮੀ ਰਿਹਾ ਸੀ, ਜਿਹੜਾ ਜੀਵਨ ਹੈ ਉਸਨੂੰ ਜਿਉਣ ਦੇ ਲਈ ਕੁਛ ਤਾਂ ਉਸਨੂੰ ਆਪਣਾ ਜ਼ਰੂਰੀ ਦਾ ਉਪਰਾਲਾ ਕਰਨਾ ਪਿਆ ਸੀ ਅਤੇ ਕੁਝ ਉਸਨੂੰ ਬੜਾ ਲਿਖਣ ਦਾ ਸ਼ੌਂਕ ਵੀ ਸੀ। ਸੋ ਇਸ ਕਰਕੇ ਉਹ ਜਿਹੜਾ ਕਵਿਤਾ ਲਿਖਦਾ ਸੀ ਆਪਣੇ ਦੇਸ਼ ਦੇ ਲਈ ਅਤੇ ਇਸ ਦੇਸ਼ ਦੀ ਜਨਤਾ ਲਈ, ਜਾਂ ਫਿਰ ਕਵਿਤਾ ਕਰਦਾ ਸੀ ਲੋਕਾਂ ਨੂੰ ਆਪਸ ਦੇ ਵਿੱਚ ਮਿਲਾਉਣ ਲਈ, ਜੋ ਕਿ ਲੋਕ ਫਿਰਕਾ ਪ੍ਰਸਤੀ ਰਿਸ਼ਵਤਖੋਰੀ ਦੇ ਕਾਰਨ ਆਪਸ ਦੇ ਵਿੱਚ ਅਲੱਗ ਹੋ ਚੁੱਕੇ ਸਨ। ਇਸ ਫਿਰਕੂ ਬੁੜੇ ਨੂੰ ਖਤਮ ਕਰਕੇ ਇਹਨਾਂ ਲੋਕਾਂ ਦੇ ਪਾਟੇ ਹੋਏ ਸੀਨਿਆਂ ਨੂੰ ਜਿਹੜਾ ਹੈ ਸਿਉਣ ਦੇ ਲਈ, ਇਹਨਾਂ ਲੋਕਾਂ ਨੂੰ ਇੱਕਮਿੱਕ ਕਰਨ ਦੇ ਲਈ ਜਿਹੜਾ ਕਵੀ ਹੈ ਉਹ ਆਪਣੀ ਕਵਿਤਾਵਾਂ ਜਿਹੜੀਆਂ ਸੀ ਉਹ ਲਿਖਦਾ ਸੀ। ਸੋ ਫਿਰ ਜਿਹੜਾ ਕਵੀ ਹੈ ਉਹ ਕਹਿੰਦਾ ਹੈ ਕਿ ਪਰਮਾਤਮਾ ਤਾਂ ਹੈ, ਉਸ ਇਹ ਜਾਣਦਾ ਹੈ ਕਿ ਪਰਮਾਤਮਾ ਸੱਚਮੁੱਚ ਹੈ, ਪਰ ਉਸ ਦਾ ਭੇਦ ਨਹੀਂ ਪਾ ਸਕਿਆ। ਕਹਿੰਦੇ ਨਾ ਤਾਂ ਉਸਨੂੰ ਨਰਕਾਂ ਦਾ ਜਿਹੜਾ ਡਰ ਸੀ, ਨਾ ਹੀ ਸਵਰਗ ਦੀ ਕੋਈ ਇੱਛਾ ਸੀ। ਸੋ ਇਸ ਕਰਕੇ ਜਿਹੜਾ ਕਵੀ ਹੈ ਕਹਿੰਦੇ ਉਸਨੂੰ ਧਾਰਮਿਕ ਜਿਹੜੀ ਰੰਗਣ ਸੀ ਉਸਨੇ ਵੀ ਜਿਹੜਾ ਕੋਈ ਰੰਗ ਨਹੀਂ ਚੜਿਆ ਸੀ, ਉਸ ਸਰ ਇਸ ਤੋਂ ਵੀ ਪਰੇ ਹੀ ਰਿਹਾ ਸੀ। ਸੋ ਇਸ ਕਰਕੇ ਜਿਹੜਾ ਕਹਿੰਦੇ ਉਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਇੱਕ ਧਰਤੀ ਦਾ ਪੰਛੀ ਹਾਂ ਅਤੇ ਆਸਮਾਨਾਂ ਤੱਕ ਜਾਣ ਦਾ ਮੈਨੂੰ ਜਿਹੜਾ ਹੈ ਕੋਈ ਮੇਰੀ ਇੱਛਾ ਨਹੀਂ ਹੈ, ਮੈਂ ਆਸਮਾਨਾਂ ਤੱਕ ਪਹੁੰਚਣਾ ਨਹੀਂ ਚਾਹੁੰਦਾ। ਸੋ ਜਿਹੜਾ ਇਸ ਤਰ੍ਹਾਂ ਜਿਹੜਾ ਹੈ ਆਪਣੇ ਵਿਚਾਰ ਜਿਹੜਾ ਹੈ ਉਹ ਆਪਣੀ ਕਵਿਤਾ ਰਾਹੀਂ ਜਿਹੜਾ ਕਵੀ ਹੈ ਉਸਨੇ ਸਾਡੇ ਸਾਹਮਣੇ ਰੱਖੇ ਸਨ। ਸੋ ਨਰਕ ਸਵਰਗ ਦੀ ਜਿਹੜੀ ਹੈ ਉਸਨੂੰ ਕੋਈ ਇੱਛਾ ਨਹੀਂ ਹੈ, ਸਿਰਫ ਅਤੇ ਸਿਰਫ ਇਨਸਾਨੀਅਤ ਦਾ ਹਾਮੀ ਹੈ, ਇਨਸਾਨੀਅਤ ਦੀ ਜਿਹੜੀ ਹੈ ਉਹ ਮਦਦ ਕਰਨਾ ਚਾਹੁੰਦਾ ਹੈ, ਉਹਨਾਂ ਨੂੰ ਲੁੱਟ ਸੁੱਟ ਤੋਂ ਜਿਹੜਾ ਹੈ ਮਤਲਬ ਰਿਸ਼ਵਤਖੋਰੀ ਦੀ ਜਿਹੜੀ ਕਮਾਈ ਹੈ ਉਹ ਚੰਗੀ ਨਹੀਂ ਲੱਗਦੀ, ਅਜਿਹਾ ਜੀਵਨ ਉਸਨੂੰ ਕੋਈ ਵੀ ਚੰਗਾ ਨਹੀਂ ਲੱਗਦਾ, ਸਗੋਂ ਉਹ ਸਿਰਫ ਇਨਸਾਨਾਂ ਦਾ ਸਾਥ ਦੇਣਾ ਚਾਹੁੰਦਾ ਹੈ, ਇਨਸਾਨੀਅਤ ਦਾ ਹਾਮੀ ਜਿਹੜਾ ਹੈ ਉਹ ਬਣਨਾ ਚਾਹੁੰਦਾ ਹੈ। ਸੋ ਲਾਸਟ 'ਤੇ ਕਹਿੰਦਾ ਸੀਗਾ ਕਿ ਉਹ ਇੱਕ ਪਾਣੀ ਸਮੁੰਦਰ ਦੇ ਵਿੱਚ ਪਾਣੀ ਦੇ ਬੁਲਬਲੇ ਦੇ ਸਮਾਨ ਹੈ, ਜਦੋਂ ਪਰਮਾਤਮਾ ਦਾ ਦਿਲ ਚਾਹੇਗਾ ਉਹ ਬੁਲਬਲਾ ਜਿਹੜਾ ਹੈ ਉਹ ਉੱਡ ਜਾਵੇਗਾ ਅਤੇ ਜਿਹੜਾ ਉਸਦੀ ਜਿਹੜੀ ਜ਼ਿੰਦਗੀ ਹੈ ਉਹ ਖਤਮ ਹੋ ਜਾਵੇਗੀ। ਸੋ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹਨ ਜਿਹੜਾ ਸਾਡਾ ਕਵੀ ਹੈ ਉਸਨੇ ਪਿੱਛੇ ਜਿਹੜੀ ਸਾਡੀ ਕਲਾਸ ਵਿੱਚ ਅਸੀਂ ਕਵਿਤਾ ਕੀਤੀ ਸੀ ਦਿੱਲੀ ਵਲਵਲੇ ਉਹਦੇ ਵਿੱਚ ਸਾਡੇ ਸਾਹਮਣੇ ਰੱਖੇ ਸਨ। ਸੋ ਉਹਦਾ ਜਿਹੜੀ ਅਗਲੀ ਜਿਹੜੀ ਕਵਿਤਾ ਹੈ ਜੋ ਅਸੀਂ ਤੁਹਾਡੀ ਅੱਜ ਦੀ ਕਲਾਸ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਉਹ ਹੈ ਜੀ ਚੌ ਵਰਗੇ। ਚੌ ਵਰਗੀ ਜਿਹੜੀ ਕਵਿਤਾ ਹੈ ਇਸ ਦੇ ਵਿੱਚ ਕਵੀ ਜੀ ਚਾਰੇ ਹੀ ਵਰਗਾਂ ਦੀ ਗੱਲ ਜਿਹੜੀ ਹੈ ਕੀਤੀ ਹੈ, ਜਿਸ ਦੇ ਵਿੱਚ ਸਰਮਾਏਦਾਰੀ ਵੀ ਹੈ, ਮੱਧ ਸ਼੍ਰੇਣੀ ਵੀ ਹੈ, ਗਰੀਬੀ ਵੀ ਹੈ, ਮਜ਼ਦੂਰ ਵੀ ਹਨ। ਸੋ ਸਾਰਿਆਂ ਦੀ ਜਿਹੜੀ ਗੱਲ ਹੈ ਇਸ ਕਵਿਤਾ ਦੇ ਵਿੱਚ ਕੀਤੀ ਗਈ ਹੈ ਅਤੇ ਕਵਿਤਾ ਰਾਹੀਂ ਕਵੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜੇ ਪੈਸੇ ਦੇ ਨਾਲ ਸੰਬੰਧਿਤ ਲੋਕ ਹਨ, ਅਮੀਰ ਲੋਕ ਹਨ, ਟਾਟੇ ਵਿਰਲੇ ਦਾਲਮੀ ਵਰਗੇ ਲੋਕ ਹਨ, ਕਿਸ ਤਰ੍ਹਾਂ ਇਹਨਾਂ ਨੇ ਰਿਸ਼ਵਤਾਂ ਦੇ ਕੇ ਸਾਰਾ ਕੁਛ ਆਪਣੇ ਹੱਥ ਵਿੱਚ ਕਰ ਲਿਆ ਹੈ, ਚਾਰੇ ਪਾਸੇ ਰਿਸ਼ਵਤਖੋਰੀ, ਫਿਰਕਾ ਪ੍ਰਸਤੀ, ਧਰਮ ਦੇ ਨਾਮ 'ਤੇ ਦੰਗੇ ਫਸਾਦ ਜਿਹੜੇ ਹਨ ਉਹ ਕਰਵਾਏ ਜਾ ਰਹੇ ਹਨ। ਅਤੇ ਇਸ ਤਰ੍ਹਾਂ ਜਿਹੜੇ ਇਹ ਚਾਰ ਵਰਗ ਹਨ ਇਹਨਾਂ ਨੇ ਸਾਰੇ ਹੀ ਸੰਸਾਰ ਦੇ ਉੱਤੇ ਆਪਣਾ ਜਿਹੜਾ ਏਕਾਧਿਕਾਰ ਹੈ ਉਸਨੂੰ ਕਾਇਮ ਕਰ ਲਿਆ ਹੈ। ਸੋ ਕੁਛ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹਨ ਉਹ ਜਿਹੜਾ ਕਵੀ ਹੈ ਉਸ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਰਚਨਾ ਚੌ ਵਰਗੇ ਰਾਹੀਂ ਸਾਡੇ ਸਾਹਮਣੇ ਜਿਹੜੇ ਹਨ ਉਹ ਪੇਸ਼ ਕੀਤੇ ਹਨ। ਸੋ ਆਪਾਂ ਨਾਲ ਦੇ ਨਾਲ ਕਵਿਤਾ ਪੜ੍ਹਦੇ ਹਾਂ, ਨਾਲ ਦੇ ਨਾਲ ਇਸ ਦੀ ਪ੍ਰਸ਼ੰਸਾ
व्याख्या जी शुरू करते हैं। सो चलते हैं साड़ी आईटी क्लास वल। कहते चौ वर्गे बिरले बिरले टाटे दालमिए बिरले टाटे दालमिए ने रल के एका कीता। कहते वड्डे वड्डे अखबारों को कुछ दे के मुल लै लिता। धन भी अपना प्रेस भी अपना बाकी रह गए कामे मुठ गर्म करके वोटा लै लिया मूँह उन्हों का सीता। सो इस तरह जो कवि है उसने जड़ा है मुरली पर लोगों का जड़ा है उसके बाद दसिया है कि किस तरह थोड़े जिहे लोगों ने सारे संसार के उपर अपना जो कब्जा है वह जमा लिया है। सो पहले असं प्रसंग करा फिर उसकी व्याख्या करते हैं। प्रसंग चलेंगे जी। कोटा साड़ी नवे दिस हदे पुस्तक विच दर्ज धनी राम चात्रिक जी की लिखी हुई कविता चौ वर्गे दे विचों लिया गया है। इस विच कवि ने जड़ा है धर्म के नाम से की जा रही लुट खसुट पेखी स्वरूप वाले जड़े हैं जिन्हों का असली स्वरूप कुछ होर है तो दिखाई कुछ होर दिता है। पेखी स्वरूप वाले लोग समाजिक कोहड़ ते पूंजीपतियां जड़े हैं रिश्वतखोर द्वारा सत्ता प्राप्ति लिए वरते जाते हथ कंडिया का वर्णन किया गया है कि अजिहे लोग जड़े हैं वो किस तरह के हथ कंडे वरतते हैं तो असली जड़ी लोगों इस की सोझी जी है वो होन भी नहीं देंगे। सो व्याख्या करते हैं जी। सो कहते बिरले टाटे दालमिए ने रल के एका कीता। सो जो कवि कहता है कि भारत के टाटा बिरला अते दालमिए वर्गे सरमाएदार लोग जड़े हैं पूंजीवादी लोग जड़े हैं सरमाएदार ने सारे संसार को लुटन दे उन्होंने लुट खसुट करन दे आपस दे विच जड़ा है रल के एका कर लिया है। ये लोगों ने जड़ा है दुनिया का धन लुटन लिए दुनिया को लुटन लिए आपस दे विच इन चार जड़ियां कंपनियां ने आपस दे विच जड़ा है वो एकाधिकार कर लिया है आपस दे विच एकता जड़ी है वो कर ली है। फिर आपस दे विच एकता जड़ी है वो करके किस तरह जड़ा लोगों को लुट रहे हैं। कहिंदे वड्डे वड्डे अखबारों को कुछ दे के मुल लै लिंदा। सो ये जे लोग हैं इन्होंने आपस में एका कर लिया है तो उस तो बाद जो वे वे अखबार हैं उन्होंने पैसे दे के मुल लै लिया है उन्होंने को अपना बहुत जो धन है वो बहुत ज़्यादा है धन भी अपना कहते इन्होंने को अपना धन बहुत ज़्यादा सी। सो इस करके इन्होंने धन के जोर के उत्ते कहते प्रेस भी अपना। सो धन के जोर के उत्ते इन्होंने सारे देश की जी प्रेस है जो लोग अखबारों वाले हैं प्रेस का काम करते हैं जड़िया खबर वगैरह छापते हैं। सो कहते इन्होंने प्रेस जी है प्रेस वाले लोगों भी जड़ा है जड़ा वो मुल लै लिया है। सो साढ़े तक जी खबर पहुँचाने वाले जो लोग हैं उन्होंने भी इन लोगों ने अपने धन के नाल मुल खरीद लिया है। सो धन भी अपना प्रेस भी अपना बाकी रह गए कामे ने बाकी जोड़े थोड़े जिहे लोग रह गए हैं जो मजदूर लोग हैं कामे लोग हैं कहते वो जड़े कुछ लोग जड़े रह गए हैं उन्होंने फिर किस तरह जरा खरीदया जाता है उन्होंने खरीदया जाता है जो वोटा पड़िया हैं वोटा पड़िया हैं तो उन्होंने थोड़ा थोड़ा लालच दे के 500 का लालच दे दिता शराब की बोतल का लालच दे दिता होर कोई लालच दे दिता इस तरह जरा है इन्हों लोगों लालच दे के इन्हों खरीदया जाता है तो वोटा अपने हक के गवाईया जा। सो कहते जब इन्होंने को धन अपना है धन बहुत ज़्यादा है उस धन के जोर से इन लोगों ने जड़ा है धर्म जरा प्रेस है जो साढ़े तक असली जिन्हों का हक साढ़े तक सच्चाई जी पहुँचा है। सो इन्होंने उस प्रेस वाले को भी मुल लै लिता है तो इस तरह जो कुछ मुठ्ठी भर कामे बच गए हैं उन्होंने भी अपने हक विच करन दे लई कहिंदे मुठ्ठी गर्म कर वोटा लै लिया मूँह ते मूँह उन्हां दा सीधा। सो इन्हां जिहड़े बाकी लोग हन उन्होंने उन्होंने मुठ्ठी गर्म करके भाव कोई छोटी मोटी रिश्वत दे के जड़ा है उन्होंने भी इन्हां लोगों ने मुल लै लिया है।
तो इस तरह इन्होंने उन्होंने की मुट्ठी गर्म करके उन्होंने कोई ना कोई लालच दे के थोड़ा थोड़ा जोड़ा है लालच दे के उन्होंने अपने वल कर लिया है। तो अपने वल कर तो बाद जोड़ा है उन्होंने वोटा जड़िया हैं वो अपने हक के पवा लिया हैं। सो इस तरह जोड़ा है उन्होंने रिश्वत दे के उन्होंने वोटा अपने हक के पवा के उन्होंने जोड़ा मूँह है वह हमेशा लोगों ने सी दिता है। सो इस तरह हर एक चीज़ के उत्ते इन लोगों का अपना जोड़ा है एकाधिकार जोड़ा है वह कायम हो गया है। सो इन्होंने एका करके सारी दुनिया के उत्ते अपना जोड़ा अधिकार है उसको कायम कर लिया है। सो अगे जोड़ा कवि है कि कहता है फिर कहते रब रब्बा तू भी चंगा रब है रब्बा तू भी चंगा रब है भेद न कुछ समझाया कहते रोटी रिचक पचानव्याद पंचा दे वस पाया सारा धन सरमाएदारा लक्ष्मी तो खो लीता तू क्यों सारी जनता दी रोजी का फिक्र भुलाया। सो जो कवि है वह फिर अखीर परमात्मा उलामा देता है कि किस तरह परमात्मा जरा जरा है वह कर रहा है। सो जो कवि है परमात्मा उलामा दिता हुआ कहता है कि ये परमात्मा तू भी चंगा जरा है वह रब है। सो कवि परमात्मा संबोधन करता हुआ कहता है कि रब्बा तू भी चंगा रब है कहते तू किस तेरा जरा भेद है उसको कोई भी पा नहीं सकिया तेरे बारे जो है कोई भी जान नहीं सकिया कहते तू जड़ा है तू ये किया है कि 95 लोगों का जड़ा है 95 लोग जिन्हां दे विच किसान जड़े हैं वो शामिल होंगे हैं कहते 95% किसान का जड़ा रिजल है उसनों तो सिर्फ 5% जड़े है भाव सरमाएदारा ने जड़ा है सरमाएदारा के हक विच दे दिता है। तू 95% लोगों की रोटी रोजी को जोड़ा है वह पंचा के हिस्से जोड़ा है पा दिता है। सो इस तरह जो कीर्ति सरमाएदार जोड़े लोग हैं इन्होंने फिर की किया है इन्होंने लक्ष्मी देवी तो सारा धन जोड़ा है खो लिता है। सो कवि जोड़ा है रब उलामा दिता हुआ कहता है कि तू भी चंगा रब है तू भी जोड़ा है लोगों के नाल धोखा ही किया है तू जरा 95% जोड़े लोग हैं उन्होंने सब कुछ दे दिता है 95% जो लोग हैं उन्होंने सारे का सारा जोड़ा है धन है तू सिर्फ तो सिर्फ 5% लोगों के हिस्से पा दिता है। सो ये तो इस तरह लगता है कि जिस तरह जोड़े ये सरमाएदार लोग हैं इन लोगों ने जोड़ा है सारे का सारा जोड़ा धन है वह लक्ष्मी देवी तो खो लिया हो। सो कहते जिस करके कीर्ति किसान जोड़े हैं वो गरीबी के भुख नंग दिन कर रहे हैं ज़्यादातर लोग जोड़े हैं वो गरीबी की मार जोड़ी है वह सह रहे हैं गरीबी और भुख नंग जोड़ा अपना दिन कट रहे हैं। सो हे परमात्मा कहते तेनों जोड़ा है इस तरह करके क्यों सारी जी जनता है उसकी रोजी रोटी का फिक्र भुल गया है तू इस तरह करके सारे संसार की रोजी रोटी का फिक्र जोड़ा है तू किस तरह भुला दिता है। सो तेनों अजिहा जोड़ा है वह नहीं करना चाहता सी। सो जो कवि है इस तरह जोड़े 4% जोड़े लोग हैं बिलरे टाटे दालमी जोड़े हैं अजिहे जो पूंजीपति सरमाएदार लोग हैं उन्होंने द्वारा की जा रही गरीब और आम जनता की लुट खसुट जोड़ा है इस कविता के जोड़ा उस कवि है उसने अपना विषय उस जोड़ा है वह बनाया है। सो जी कविता है इस कवि जोड़ा है उसने जी मेन गल सिर्फ सिर्फ यही रखी है कि किस तरह जोड़े 4% लोग हैं जो पूंजीपति के सरमाएदार हैं वो कि हथ कंडे वरतते हैं फिर गरीब तो जी आम जनता है उसनों लुटते हैं। सो ये कविता है वो साड़ी इतने समाप्त होंगी है उस तो बाद जी असं अगली कविता कर जा रहे हैं क्योंकि ये छोटी रचनावान हैं। सो इस करके असं अगली क्लास के दो जी रचनावान हैं वो करा सो चौबर की जी इतनी खत्म होंगी है उस बाद अगली जी रचना है वो असं कर जा रहे हैं वो है जी कली कली अगली रचना है किकली कली। सो किकली जी कली है ये जी है इस कवि ने किकली कली जी है वो आजादी बारे दसिया है।
ਸਰਮਾਏਦਾਰਾਂ ਦੀ ਹਾਲਤ ਦਾ ਬਿਆਨ ਕਰਦਾ ਹੈ। ਕਹਿੰਦੇ ਕਿ ਸਾਰਾ ਜਿਹੜੇ ਸਰਮਾਏਦਾਰ ਹਨ ਉਹ ਗਰੀਬ ਲੋਕਾਂ ਨਾਲ ਲੁੱਟ ਖਸੁੱਟ ਕਰਦੇ ਹਨ ਤੇ ਉਸ ਤੋਂ ਬਾਅਦ ਜਿਹੜੀ ਕਿ ਗਰੀਬ ਹੈ ਉਹਦੇ ਵਿੱਚੋਂ ਦੱਸਿਆ ਹੈ ਕਿ ਇਹ ਜਿਹੇ ਲੋਕਾਂ ਤੋਂ ਆਜ਼ਾਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਲੋਕਾਂ ਤੋਂ ਜਿਹੜੀ ਹੈ ਆਜ਼ਾਦੀ ਮਿਲਦੀ ਮਿਲੀ ਤਾਂ ਆਜ਼ਾਦੀ ਮਿਲਣ ਤੋਂ ਬਾਅਦ ਕੀ ਜਿਹੜਾ ਮਾਹੌਲ ਹੈ ਉਹ ਰਿਹਾ ਸੀ, ਕੀ ਸੱਚਮੁੱਚ ਦੀ ਆਜ਼ਾਦੀ ਜਿਹੜੀ ਹੈ ਉਹ ਆਮ ਲੋਕਾਂ ਨੂੰ ਮਿਲ ਸਕੀ ਜਾਂ ਨਹੀਂ ਮਿਲ ਸਕੀ ਸੀ। ਸੋ ਇਸ ਦਾ ਜਿਹੜਾ ਵਰਣਨ ਹੈ ਕਵੀ ਨੇ ਕਿੱਕਲੀ ਕਲੀ ਦੇ ਵਿੱਚ ਕੀਤਾ ਹੈ। ਸੋ ਜਿਹੜਾ ਹੈ ਕਵੀ ਕਹਿੰਦਾ ਹੈ, ਕਹਿੰਦੇ ਕਿੱਕਲੀ ਕਲੀ ਕੁੜੀਓ ਕਿੱਕਲੀ ਕਲੀ, ਕਹਿੰਦੇ ਹਾਲੇ ਇੱਥੇ ਸੀ ਕਲੀ ਕਿੱਥੇ ਗਈ ਨੀ ਚਲੀ ਨੀ ਆਜ਼ਾਦੀ ਦੀ ਘੜੀ, ਕਿਸ ਦੇ ਕੋਠੇ ਜਾ ਚੜੀ ਕਿਹੜੇ ਡਾਕੂ ਨੇ ਫੜੀ, ਦਿੱਤੀ ਮੋਹਰੇ ਦੀ ਕੁੜੀ ਨੀ ਹਰਾਮ ਦੀ ਕੁੜੀ, ਕਹਿੰਦੇ ਨੀ ਬਲੈਕ ਦੀ ਜੁੜੀ, ਹੁਣ ਤੇ ਉਹ ਹੈ ਆਜ਼ਾਦ ਜਿਹਨੂੰ ਰੱਬ ਨਾ ਬਿਲਕੁਲ ਯਾਦ, ਜਿਹਨੂੰ ਰਿਸ਼ਵਤ ਦਾ ਪ੍ਰਸ਼ਾਦ ਖਾ ਖਾ ਆਵੇ ਬੜਾ ਸਵਾਦ। ਸੋ ਚੌ ਵਰਗੇ ਜਿਹੜਾ ਹੈ ਉਸ ਦੇ ਆਲੇ ਦੁਆਲੇ ਹੀ ਕਵਿਤਾ ਜਿਹੜੀ ਨਿਕਲੀ ਗਲੀ ਹੈ ਉਹ ਘੁੰਮਣ ਲੱਗ ਜਾਂਦੀ ਹੈ। ਸੋ ਪਹਿਲਾਂ ਪ੍ਰਸੰਗ ਕਰੀਏ ਕਿ ਇਹ ਕਾਵਿ ਟੋਟਾ ਸਾਡੀ ਜਿਹੜੀ ਪਾਠ ਪੁਸਤਕ ਨਵੇਂ ਦੇ ਸਰਹੱਦ ਦੇ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਹੋਈ ਕਵਿਤਾ ਕਿੱਕਲੀ ਕਲੀ ਦੇ ਵਿੱਚੋਂ ਲਿਆ ਗਿਆ ਹੈ। ਇਸ ਦੇ ਵਿੱਚ ਕਵੀ ਨੇ ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਦੀ ਸਥਿਤੀ ਦਾ ਜਿਹੜਾ ਵਰਣਨ ਹੈ ਉਹ ਕੀਤਾ ਹੈ ਅਤੇ ਨਾਲ ਦੀ ਨਾਲ ਉਸ ਦੇ ਉੱਤੇ ਜਿਹੜਾ ਕਾਟਵਾਂ ਬਿਆਨ ਕੀਤਾ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਇਹ ਆਜ਼ਾਦੀ ਸੱਚਮੁੱਚ ਦੀ ਆਜ਼ਾਦੀ ਹੈ ਜਾਂ ਨਹੀਂ, ਜਾਂ ਫਿਰ ਇਹ ਸਿਰਫ਼ ਅਤੇ ਸਿਰਫ ਨਾਮ ਦੀ ਆਜ਼ਾਦੀ ਹੀ ਹੈ। ਸੋ ਕਵੀ ਕਹਿੰਦਾ ਹੈ ਜੀ, ਕਹਿੰਦੇ ਕਿੱਕਲੀ ਕਲੀ ਕੁੜੀਓ ਕਿੱਕਲੀ ਕਲੀ ਭਾਵ ਆਜ਼ਾਦੀ ਦੀ ਘੜੀ, ਕਹਿੰਦੇ ਜੋ ਅਜੇ ਥੋੜ੍ਹ ਚਿਰ ਪਹਿਲਾਂ ਹੀ ਆਈ ਸੀ, ਕਿੱਕਲੀ ਕਲੀ ਆਜ਼ਾਦੀ ਦੀ ਘੜੀ ਨੀ ਕੁੜੀਓ ਆਜ਼ਾਦੀ ਦੀ ਘੜੀ, ਕਹਿੰਦੇ ਹਾਲੇ ਇੱਥੇ ਸੀ ਖੜੀ ਹੁਣ ਕਿੱਥੇ ਗਈ ਨੀ ਚਲੀ। ਸੋ ਕਹਿੰਦੇ ਆਜ਼ਾਦੀ ਜਿਹੜੀ ਹੈ ਜੋ ਥੋੜ੍ਹ ਦੇਰ ਪਹਿਲਾਂ ਹੀ ਜਿਹੜੀ ਹੈ ਉਹ ਪ੍ਰਾਪਤ ਹੋਈ ਸੀ, ਥੋੜ੍ਹੀ ਦੇਰ ਪਹਿਲਾਂ ਹੀ ਆਈ ਸੀ, ਕਹਿੰਦੇ ਉਹ ਪਤਾ ਨਹੀਂ ਕਿ ਹੁਣ ਕਿੱਥੇ ਚਲੀ ਗਈ ਹੈ, ਉਹ ਕਿਹਦੇ ਕੋਲ ਚਲੀ ਗਈ ਹੈ, ਕਿਸ ਦੇ ਕੋਠੇ 'ਤੇ ਜਾ ਕੇ ਚੜ੍ਹ ਗਈ ਹੈ, ਕਿੱਥੇ ਚਲੀ ਗਈ ਹੈ, ਉਸ ਆਜ਼ਾਦੀ ਦੀ ਘੜੀ ਦਾ ਜਿਹੜਾ ਹੈ ਉਹ ਕੋਈ ਵੀ ਪਤਾ ਨਹੀਂ ਚੱਲ ਰਿਹਾ। ਸੋ ਕਹਿੰਦੇ ਕਿਸ ਕਿਹੜੇ ਡਾਕੂ ਨੇ ਫੜੀ, ਕਹਿੰਦੇ ਉਸਨੂੰ ਕਿਸੇ ਡਾਕੂ ਨੇ ਫੜ ਲਿਆ ਹੈ, ਲੱਗਦਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਉਸਨੂੰ ਕਿਸੇ ਡਾਕੂ ਨੇ ਫੜ ਲਿਆ ਹੋਵੇ, ਕਹਿੰਦੇ ਕਿਹੜੇ ਡਾਕੂ ਨੇ ਫੜੀ ਗਿੱਧੀ ਮੋਹਰੇ ਦੀ ਕੁੜੀ, ਕਹਿੰਦੇ ਸੋ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਇਸ ਨੂੰ ਕਿਸੇ ਡਾਕੂ ਨੇ ਫੜ ਲਿਆ ਹੋਵੇ ਅਤੇ ਇਸ ਨੂੰ ਜਿਹੜਾ ਹੈ ਫੜ ਕੇ ਜ਼ਹਿਰ ਦੀ ਜਿਹੜੀ ਕੁੜੀ ਹੈ ਉਹ ਖਿਲਾ ਦਿੱਤੀ ਹੋਵੇ, ਨੀ ਹਰਾਮ ਦੀ ਕੁੜੀ ਨੀ ਬਲੈਕ ਦੀ ਜੋੜੀ। ਸੋ ਇਸ ਤਰ੍ਹਾਂ ਜਿਹੜਾ ਕਵੀ ਹੈ ਕਹਿੰਦਾ ਹੈ ਕਿ ਇਹ ਹਰਾਮ ਅਤੇ ਬਲੈਕ ਜਿਹੜੀ ਹੈ ਬਲੈਕ ਮਾਰਕੀਟ ਤੋਂ ਜਿਹੜੀ ਹੈ ਪੈਦਾ ਹੋਈ ਹੈ। ਸੋ ਕਹਿੰਦੀ ਇਸ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਹਰਾਮ ਅਤੇ ਬਲੈਕ ਜਿਹੜਾ ਹੈ ਉਹ ਹੀ ਪ੍ਰਧਾਨ ਹਨ। ਸੋ ਕਹਿੰਦੇ ਨੀ ਹੁਣ ਤੇ ਉਹ ਹੈ ਆਜ਼ਾਦ ਜਿਹਨੂੰ ਰੱਬ ਨੇ ਬਿਲਕੁਲ ਯਾਦ। ਸੋ ਕਹਿੰਦੇ ਮੈਨੂੰ ਤਾਂ ਅੱਜ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ, ਸਭ ਕੁਝ ਦੇਖਣ ਤੋਂ ਬਾਅਦ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਹੀ ਇਸ ਦੁਨੀਆ ਦੇ ਵਿੱਚ ਉਹ ਹੀ ਆਜ਼ਾਦ ਹੈ ਜਿਸ ਨੂੰ ਰੱਬ ਬਿਲਕੁਲ ਵੀ ਯਾਦ ਨਹੀਂ ਹੈ। ਅਜਿਹੇ ਲੋਕ ਜਿਨ੍ਹਾਂ ਨੂੰ ਰਿਸ਼ਵਤ ਦਾ ਪ੍ਰਸ਼ਾਦ ਖਾ ਖਾ ਕੇ ਬਹੁਤ ਜ਼ਿਆਦਾ ਸਵਾਦ ਆਉਂਦਾ ਹੈ, ਭਾਵ ਜਿਹੜੇ ਆਜ਼ਾਦੀ ਦੇ ਸਮੇਂ ਵੀ ਰਿਸ਼ਵਤਾਂ ਲੈਂਦੇ ਹਨ, ਧਰਮ ਜਿਹੜਾ ਹੈ ਅਧਾਰਮਿਕ ਕੰਮ ਜਿਹੜੇ ਹਨ ਕਰਦੇ ਹਨ, ਦੰਗੇ ਫਸਾਦ ਜਿਹੜਾ ਹੈ ਕਰਦੇ ਹਨ, ਧਰਮ ਦੇ ਨਾਮ ਦੇ ਉੱਤੇ ਕਈ ਕਈ ਗਲਤ ਜਿਹੜਾ ਹੈ ਚੀਜ਼ਾਂ ਕੀਤੀਆਂ ਜਾਂਦੀਆਂ ਹਨ, ਦੰਗੇ ਫਸਾਦ ਰਿਸ਼ਵਤਖੋਰੀ ਫਿਰਕਾ ਪ੍ਰਸਤੀ ਧਰਮ ਦੇ ਨਾਮ 'ਤੇ ਕੀਤੀ ਜਾ ਰਹੀ ਲੁੱਟ ਖਸੁੱਟ ਹੈ। ਸੋ ਕਹਿੰਦੇ ਅਜਿਹੇ ਲੋਕ ਹੀ ਜਿਹੜੇ ਹਨ ਆਜ਼ਾਦ ਰਹਿ ਗਏ ਹਨ, ਬਾਕੀ ਤਾਂ ਸਿਰਫ ਜਿਹੜਾ ਹੈ ਉਹ ਖਤਮ ਹੋ ਗਏ ਹਨ। ਸੋ ਜਿਹੜਾ ਕਵੀ ਕਹਿ ਰਿਹਾ ਹੈ ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਆਜ਼ਾਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ, ਇਹ ਆਜ਼ਾਦੀ ਕਿਹਦੇ ਕੋਠੇ 'ਤੇ ਚੜ੍ਹ ਗਈ ਹੈ ਅਤੇ ਕਿਸ ਨੇ ਇਸ ਨੂੰ ਜਿਹੜਾ ਹੈ ਮੋਹਰਾ ਜ਼ਹਿਰ ਦੀ ਕੁੜੀ ਜਿਹੜੀ ਹੈ ਉਹ ਖਿਲਾ ਦਿੱਤੀ ਹੈ। ਸੋ ਅੱਜ ਤਾਂ ਉਹ ਬੰਦਾ ਹੀ ਆਜ਼ਾਦ ਹੈ ਜੋ ਰਿਸ਼ਵਤਾਂ ਲੈਂਦਾ ਹੈ, ਗਲਤ ਕੰਮ ਕਰਦਾ ਹੈ। ਸੋ ਉਸ ਤੋਂ ਬਾਅਦ ਜਿਹੜਾ ਕਵੀ ਕਹਿੰਦਾ ਹੈ ਕਹਿੰਦੇ ਕੋਈ ਚਾਚੇ ਦਾ ਜਵਾਈ ਕੋਈ ਮਾਮੇ ਦਾ ਜਵਾਈ, ਕੋਈ ਸਾਡੂ ਕੋਈ ਸਾਲਾ ਕੋਈ ਸਾਲੇ ਦਾ ਵੀ ਸਾਲਾ, ਸਾਂਭੀ ਜਾਂਦੇ ਠੇਕੇ ਸਾਰੇ ਆਪੂ ਬਣੇ ਬੈਠੇ ਰਹਿਣ ਕਿਨਾਰੇ, ਕਹਿੰਦੇ ਹੁਣ ਤੇ ਸਾਰੇ ਲੋਕ ਗੁਲਾਮ
दुनिया पैसे दी गुलाम खुला पैसे दा बाजार सब पैसे दे नाल प्यार। सो जिहड़ा समा है वो हुण अजिहा आ गया है कि कहिंदे हर पासे ब्लैक मार्केटिंग भ्रिष्टाचारी रिश्वतखोरी जिहड़ा है वो प्रधान हो चुकी है। जीवन का मूल आधार हुण यही चीज़ां बन चुकियां हन। देश विच हर धर्म ते भ्रिष्टाचार का बोलबाला जिहड़ा है वो हो गया है। लोग सत्ता ते कुश्तियां नूं हासिल करन दे लई रिश्वतां लैंदे हन देते हैं। उन्हां दे नां जिहड़े हन उन्हां दे नां अते उन्हां दा थां अपने रिश्तेदार जिहड़े हन उन्हां दे नाम दे उत्ते जिहड़े हन ठेके लिखते जाण लैणे शुरू कर दिंदे हन। बाकी सब कहिंदा है इन्हां नूं छिक्के ते टांके रिश्वत ते गाफिटरा परस्ती है उसने अपना जिहड़ा लक्ष है उसने बन लिया है। सो कवि कहिंदा है कि लोग हुण अज अपने रिश्तेदारां नूं ही सारा कुछ देण लुटाई जा रहे हैं। कोई चाचे का जवाई कोई मामे का जवाई है कोई साडू ते कोई साला है कोई गां साले का भी साला जिहड़ा है वह आ चुका है। सो ये सब लोग आपस दे विच मिल के इन्होंने सारे के सारे ठेके के जिहड़े काम हैं वह सांभ ले हैं। तो बाकी जिहड़े लोग हैं आम लोग हैं जिहड़े हैं पढ़े लिखे लोग हैं वह बेरोजगार जिहड़ा है वह फिर रहे हैं। हुण तो इस तरह लग रहा है कि सारे की सारी जिहड़ी दुनिया है वह गुलाम ही है। तो ये दुनिया गुलाम है सिर्फ पैसे की, सारे पासे पैसे का ही बोलबाला है। हर कोई पैसे का गुलाम है तो पैसे का ही बाजार जिहड़ा है वह लगा हुआ है। सब दे सारे अज पैसे दे नाल जिहड़ा प्यार है वह पै चुका है। पैसा हर पासे प्रधान जिहड़ा है वह बन चुकिया है। सो हर कोई जिहड़ा है पैसे दे नाम ते ही काम कर रहा है। रिश्वतखोरी भ्रिष्टाचारी सिर्फ ते सिर्फ पैसे दे कारण ही फैल रही हैं। सो अगे चलते हैं जी। कहिंदे पूरे 2000 साल की गुलामी का उथाल जारा च गया हड्डा विच हराम नी जमंद रू गुलाम लुट्टी जान सवेरे शाम नी हराम दी कुड़ी बेईमानी दी जोड़ी अड़ियो किकली कली इत्थे गई किथे गई नी चली नी आजादी दी घड़ी केड़े खूंजे जा बड़ी। सो जिहड़ा कवि है वह जिहड़ा है समय की जिहड़ी हालत है जो समय दे इस हालत दे विच गलत चीज़ां जिहड़ियां आ चुकियां हन उन्हां नूं बहुत सोहणे ढंग नाल साडे सामने बयान करदा होया कहिंदा है कि आजाद भारत दे विच फैली हुई रिश्वतखोरी ब्लैक मार्केटिंग ते जिहड़ा है धर्म दे नाम ते कीती जा रही लुट्ट खसुट जिहड़ी है कहिंदा उस दे बारे गल करदा होया कहिंदा है कि साडे देश दे सारे लोग पूरे 1000 साल विदेशी साम्राज्यवादियां दे गुलाम रहे हैं। सो जिहड़े लोग हैं वह कई साल पूरे कहिंदा पूरे लोग जिहड़े हैं पूरे 2000 साल जिहड़ा है वह विदेशी जिहड़े हैं विदेशी साम्राज्यवादियां दे गुलाम रह चुके हैं। ये गुलामी के कारण ही कहिंदे गुलामी जिहड़ी है इन्हां दे हड्डां दे विच रच चुकी है। सो इन्हां दे हड्डां दे विच रची हुई गुलामी ते हराम जिहड़ा है इन्हां नूं खाण जिहड़ा है हराम दी खाण जिहड़ी है आदत है वह पै चुकी है। ये तो जमानू तौर पर ही गुलामी के मालक हैं गुलाम हो चुके हैं। सो इस करके ये पैसे के गुलाम हो गए हैं तो दिन ब दिन जिहड़ा है लोगों को लुट रहे हैं। इत्थे हराम अते बेईमानी प्रधान हो गई है। चारे पासे सिर्फ ते सिर्फ ये ही चीज़ां जिहड़ियां हन ओह रह गईआं हन। सो मैं हैरान हाँ कि जिस आज़ादी की घड़ी की मैनू बे जिहड़ा है बड़ी ही बहुत ज़्यादा इंतजार से मैं बहुत ज़्यादा जिस नूं जिहड़ा चाहुंदा सा वह पता नहीं किहड़े खूंजे जा के वड़ गई है। जिस आज़ादी की प्राप्ति के लिए कहिंदा मैं बहुत ही ज़्यादा इंतजार कर रहा सा वह आज़ादी मैनू समझ नहीं आती अज कित्थे जा चली कित्थे जा गई मतलब चली गई है किहड़े खूंजे दे विच जा के वड़ गई है। सो इसी जी साडी गल दा चौ वर्गे समाप्त होती है। इस दे नाल ही साडी क्लास भी इत्थे समाप्त करदे आ। मिलदे आ साडी अगली क्लास दे विच अगले कवि नाल जो कि धनी राम चाटर्जी जी दीआं रचनावां सारीआं वो अज साडीआं ते खतम हो चुकियां हन। सो हुण असीं तुहाडी क्लास विच
अपने अगला कवि जिहड़ा है उसनों लैके हाजिर होवांगे। सो तद तक तुसीं जिहड़ा है अपना होमवर्क जिहड़ा है इह मतलब केंद्री भाव सार प्रशंसक व्याख्या अपनी कापी दे विच जरूर नोट करके रखियो। सो अज्ज दी क्लास इत्थे ही समाप्त हुंदी है। धन्नवाद जी।